ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਪਰਸਾ ਸਿੱਖਿਆਲ ਤੁਸੀਂ ਦੇਖ ਰਹੇ ਹੋ YouTube ਚੈਨਲ GPS ਮਾਨੀ ਖੇੜਾ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਵੀਂ ਸ਼੍ਰੇਣੀ ਦੇ ਗਣਿਤ ਵਿਸ਼ੇ ਦੇ ਪਹਿਲੇ ਚੈਪਟਰ ਦੀ ਜਿਸ ਦਾ ਨਾਂ ਹੈ ਸੰਖਿਆਵਾਂ ਨੰਬਰਸ ਇਸ ਦੇ ਚਾਰ ਭਾਗ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ ਤੇ ਅੱਜ ਗੱਲ ਕਰਾਂਗੇ ਪੰਜਵੇਂ ਭਾਗ ਦੀ ਪੰਜਵੇਂ ਭਾਗ ਵਿੱਚ ਜਿਹੜੇ ਮੁੱਖ ਇਹਦੇ ਟੌਪਿਕ ਰਹਿਣਗੇ ਉਹ ਹੈ ਵਾਧਾ ਕਰਮ ਤੇ ਘਟਦਾ ਕਰਮ ਅਸੈਂਡਿੰਗ ਆਰਡਰ ਡਿਸੈਂਡਿੰਗ ਆਰਡਰ ਤਾਂ ਸੰਖਿਆਵਾਂ ਨੂੰ ਵਧਦੇ ਤੇ ਘਟਦੇ ਕਰਮ ਵਿੱਚ ਆਪਾਂ ਲਿਖਣਾ ਸਿੱਖਾਂਗੇ ਆਪਾਂ ਪਹਿਲੀ ਕਲਾਸ ਤੋਂ ਹੀ ਸੰਖਿਆਵਾਂ ਨੂੰ ਵਧਦੇ ਤੇ ਘਟਦੇ ਕਰਮ ਵਿੱਚ ਲਿਖਦੇ ਆ ਰਹੇ ਹਾਂ ਪਰ ਸਾਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ ਜਿਵੇਂ ਕਿ ਆਪਾਂ ਦੇਖੋ ਆਪਾਂ ਗਿਣਤੀ ਸਿੱਖਦੇ ਹਾਂ ਗਿਣਤੀ ਇੱਕ ਤੋਂ ਸ਼ੁਰੂ ਹੋਗੀ 1 2 3 4 5 6 ਇਸ ਤਰ੍ਹਾਂ ਕਰਕੇ ਜਿਹੜੀ ਗਿਣਤੀ ਹੈ ਉਹ ਅੱਗੇ ਵੱਧਦੀ ਹੈ ਤੇ ਆਪਾਂ ਨੂੰ ਪੁੱਠੀ ਗਿਣਤੀ ਰਿਵਰਸ ਆਰਡਰ ਦੇ ਵਿੱਚ ਵੀ ਆਪਾਂ ਨੂੰ ਗਿਣਤੀ ਲਿਖਣ ਲਈ ਕਿਹਾ ਜਾਂਦਾ ਹੈ ਜਿਵੇਂ ਕਿ 100 ਤੋਂ 1 ਤੱਕ ਤਾਂ ਆਪਾਂ ਪੁੱਠੇ ਜਦੋਂ ਗਿਣਦੇ ਐ 6 ਤੇ ਪਹੁੰਚਦੇ ਹਾਂ ਜਿਵੇਂ 6 6 ਤੋਂ ਬਾਅਦ ਫਿਰ 5 ਫਿਰ ਫਿਰ 4 ਫਿਰ 3 ਲਿਖਦੇ ਹਾਂ ਫਿਰ 2 ਲਿਖਦੇ ਹਾਂ ਫਿਰ ਇਸ ਤਰ੍ਹਾਂ ਲਾਸਟ ਤੇ 1 ਲਿਖ ਦਿੰਨੇ ਹਾਂ ਤਾਂ ਥੋੜਾ ਜਿਹਾ ਧਿਆਨ ਨਾਲ ਆਪਾਂ ਇਸ ਨੂੰ ਦੇਖੀਏ ਤਾਂ ਜਿਹੜੀਆਂ ਸੰਖਿਆਵਾਂ ਨੇ ਉਹ ਕਿਸ ਤਰ੍ਹਾਂ ਨਾਲ ਚੱਲ ਰਹੀਆਂ ਹਨ ਤਾਂ ਦੇਖੋ 1 1 ਤੋਂ ਬਾਅਦ ਕੀ ਆਇਆ 2 ਯਾਨੀ ਕਿ ਇਸ ਤੋਂ ਵੱਡਾ ਨੰਬਰ ਹੈ 2 ਤੋਂ ਬਾਅਦ 3 3 ਤੋਂ ਬਾਅਦ 4 ਤਾਂ ਅੱਗੇ ਨੰਬਰ ਜਿਹੜਾ ਹੈ ਉਹ ਵੱਡਾ ਹੁੰਦਾ ਜਾ ਰਿਹਾ ਵਧ ਰਿਹਾ ਹੈ ਤਾਂ ਜਦੋਂ ਨੰਬਰ ਵਧ ਰਿਹਾ ਹੋਵੇ ਤਾਂ ਆਪਾਂ ਇਸ ਨੂੰ ਕਹਾਂਗੇ ਵਧਾ ਕਰਮ ਇਹ ਕਰਮ ਹੈ ਇੱਕ ਕਰਮ ਦੇ ਵਿੱਚ ਸੰਖਿਆਵਾਂ ਹਨ ਆਰਡਰ ਦੇ ਵਿੱਚ ਹਨ ਸੰਖਿਆਵਾਂ ਤਾਂ ਇਸ ਨੂੰ ਦੇਖੀਏ ਤਾਂ ਆਪਾਂ ਦੇਖੋ 6 ਤੋਂ ਬਾਅਦ 5 ਘਟ ਗਿਆ 5 ਤੋਂ ਬਾਅਦ 4 4 ਤੋਂ ਬਾਅਦ 3 ਇਸ ਤਰ੍ਹਾਂ ਸੰਖਿਆਵਾਂ ਦੀ ਜਿਹੜੀ ਵੈਲਿਊ ਹੈ ਉਹ ਘਟਦੀ ਜਾ ਰਹੀ ਹੈ ਤਾਂ ਜਦੋਂ ਸੰਖਿਆਵਾਂ ਦੀ ਕੀਮਤ ਘਟਦੀ ਜਾਵੇ ਤਾਂ ਆਪਾਂ ਉਸ ਨੂੰ ਕਹਾਂਗੇ ਘਟਦਾ ਕਰਮ ਪਰ ਇਸ ਇਹਦੇ ਵਿੱਚ ਇੱਕ ਜਿਹੜੀ ਮੇਨ ਗੱਲ ਨੋਟ ਕਰਨ ਵਾਲੀ ਹੈ ਕਿ ਆਪਾਂ ਕੀ ਦੇਖਣਾ ਹੈ ਜਦੋਂ ਵਧਾ ਕਰਮ ਵੱਧੇ ਕਰਮ ਦੇ ਵਿੱਚ ਆਪਾਂ ਦੇਖਦੇ ਹਾਂ ਦੇਖੋ ਸਭ ਤੋਂ ਪਹਿਲਾਂ ਦੇਖੋ ਛੋਟੀ ਸੰਖਿਆ ਲਿਖੀ ਹੋਈ ਹੈ ਉਸ ਤੋਂ ਅੱਗੇ ਉਸ ਤੋਂ ਵੱਡੀ ਫਿਰ ਵੱਡੀ ਹੋਰ ਵੱਡੀ ਹੋਰ ਵੱਡੀ ਤੇ ਹੋਰ ਵੱਡੀ ਘਟਦੇ ਕਰਮ ਚ ਕੀ ਹੈ ਘਟਦੇ ਕਰਮ ਚ ਪਹਿਲਾਂ ਦੇਖੋ ਵੱਡੀ ਸੰਖਿਆ ਹੈ ਫਿਰ ਉਸ ਤੋਂ ਛੋਟੀ ਫਿਰ ਉਸ ਤੋਂ ਛੋਟੀ ਫਿਰ ਉਸ ਤੋਂ ਛੋਟੀ ਤੇ ਫਿਰ ਉਸ ਤੋਂ ਛੋਟੀ ਤਾਂ ਦੋ ਗੱਲਾਂ ਤੁਸੀਂ ਯਾਦ ਰੱਖਣੀਆਂ ਹਨ ਕਿ ਜਦੋਂ ਵੀ ਆਪਾਂ ਸੰਖਿਆਵਾਂ ਦਾ ਵਧਾ ਕਰਮ ਲਿਖਣਾ ਹੈ ਤਾਂ ਆਪਾਂ ਸਭ ਤੋਂ ਪਹਿਲਾਂ ਉਹਨਾਂ ਦੇ ਵਿੱਚੋਂ ਛੋਟੀ ਸੰਖਿਆ ਲਿਖਾਂਗੇ ਫਿਰ ਉਸ ਤੋਂ ਵੱਡੀ ਫਿਰ ਉਸ ਤੋਂ ਵੱਡੀ ਤੇ ਫਿਰ ਉਸ ਤੋਂ ਵੱਡੀ ਤੇ ਜੇਕਰ ਆਪਾਂ ਸੰਖਿਆਵਾਂ ਦਾ ਘਟਦਾ ਕ੍ਰਮ ਲਿਖਣਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਉਹਨਾਂ ਸੰਖਿਆਵਾਂ 'ਚੋਂ ਵੱਡੀ ਵੱਡੀ ਸੰਖਿਆ ਲਿਖਾਂਗੇ ਫਿਰ ਉਸ ਤੋਂ ਛੋਟੀ ਫਿਰ ਉਸ ਤੋਂ ਛੋਟੀ ਫਿਰ ਉਸ ਤੋਂ ਛੋਟੀ ਚਲੋ ਆਪਾਂ ਇਹਦੇ ਬਾਰੇ ਇੱਕ ਛੋਟੀ ਜੀ ਐਗਜ਼ਾਮਪਲ ਦੇਖਦੇ ਹਾਂ ਐਗਜ਼ਾਮਪਲ ਤੋਂ ਬਹੁਤ ਵਧੀਆ ਕਲੀਅਰ ਹੋਊਗਾ ਪਹਿਲਾਂ ਆਪਾਂ ਗੱਲ ਕਰਾਂਗੇ ਸਿਰਫ ਵਧੇ ਕ੍ਰਮ ਦੀ ਸੰਖਿਆਵਾਂ ਨੂੰ ਵਧੇ ਕ੍ਰਮ 'ਚ ਲਿਖਣਾ देखो सीखा पहला छोटी जी एक मैं उदाहरण देखता हाँ एग्जाम्पल एग्जांपल है एक दो तीन चार छः ਜਿਸ ਵਿੱਚ ਛੇ ਸੰਖਿਆਵਾਂ ਹਨ ਆਪਾਂ ਇਹਨਾਂ ਛੇ ਸੰਖਿਆਵਾਂ ਨੂੰ ਵਧੇ ਕ੍ਰਮ ਚ ਲਿਖਣਾ ਹੈ ਤਾਂ ਵਧੇ ਕ੍ਰਮ ਦੇ ਵਿੱਚ ਲਿਖਣ ਦਾ ਤੁਹਾਨੂੰ ਦੱਸਿਆ ਸੀ ਕੀ ਤਰੀਕਾ ਸੀ ਸਭ ਤੋਂ ਪਹਿਲਾਂ ਆਪਾਂ ਇਹਨਾਂ ਵਿੱਚੋਂ ਛੋਟੀ ਸੰਖਿਆ ਲੱਭਣੀ ਹੈ ਤਾਂ ਛੋਟੀ ਸੰਖਿਆ ਇਹਨਾਂ ਦੇ ਵਿੱਚੋਂ ਬੜੀ ਆਸਾਨੀ ਨਾਲ ਆਪਾਂ ਕਹਿ ਸਕਦੇ ਹਾਂ ਕਿ ਸਭ ਤੋਂ ਛੋਟੀ ਸੰਖਿਆ ਜਿਹੜੀ ਹੈ ਉਹ 11 ਹੈ ਤਾਂ ਆਪਾਂ ਸਭ ਤੋਂ ਪਹਿਲਾਂ 11 ਲਿਖਾਂਗੇ ਫਿਰ ਇੱਕ ਕੋਮਾ ਲਗਾਵਾਂਗੇ ਉਸ ਤੋਂ ਬਾਅਦ ਜਿਹੜੇ ਬਾਕੀ ਸੰਖਿਆਵਾਂ ਬਚ ਗਈਆਂ ਪੰਜ ਇਹਨਾਂ ਦੇ ਵਿੱਚੋਂ ਵੀ ਆਪਾਂ ਛੋਟੀ ਸੰਖਿਆ ਪਾਲਣੀ ਹੈ ਤਾਂ ਛੋਟੀ ਸੰਖਿਆ ਕਿਹੜੀ ਹੈ 12 ਤਾਂ ਆਪਾਂ ਉਸ ਤੋਂ ਬਾਅਦ 12 ਲਿਖਤਾ ਉਸ ਤੋਂ ਬਾਅਦ ਜਿਹੜੀਆਂ 4 ਰਹਿ ਗਈਆਂ ਉਹਨਾਂ ਦੇ ਵਿੱਚੋਂ ਵੀ ਛੋਟੀ ਸੰਖਿਆ ਕਿਹੜੀ ਹੈ 13 ਤਾਂ ਇਸ ਤੋਂ ਬਾਅਦ ਆਪਾਂ 13 ਲਿਖਤਾ ਫਿਰ ਤਿੰਨ ਸੰਖਿਆਵਾਂ ਰਹਿ ਗਈਆਂ 18 15 ਤੇ 34 ਇਹਨਾਂ ਦੇ ਵਿੱਚੋਂ ਛੋਟਾ ਕੌਣ ਹੈ 15 ਛੋਟਾ ਹੈ ਤਾਂ ਉਸ ਤੋਂ ਬਾਅਦ 18 ਤੇ 34 ਦੇ ਵਿੱਚੋਂ 18 ਛੋਟਾ ਹੈ ਤੇ ਫਿਰ ਆਪਾਂ ਲਾਸਟ ਤੇ 34 ਲਿਖ ਦਾਂਗੇ ਰਾਉਂਡ ਇਸ ਲਈ ਲਗਾਣੇ ਹੈ ਕਿ ਕੋਈ ਸੰਖਿਆ ਰਹਿ ਨਾ ਜਾਵੇ ਤੇ ਆਪਾਂ ਆਸਾਨੀ ਨਾਲ ਇਹਨਾਂ ਨੂੰ ਵੱਡਾ ਛੋਟਾ ਦੇਖ ਸਕੀਏ ਜਿਹੜੀ ਸੰਖਿਆ ਤੇ ਰੌਂਡ ਲੱਗ ਗਿਆ ਉਹ ਇਹਦਾ ਮਤਲਬ ਹੈ ਉਹ ਕੰਪੀਟੀਸ਼ਨ ਚੋਂ ਬਾਹਰ ਹੋਗੀ ਤੇ ਬਾਕੀਆਂ ਸੰਖਿਆਵਾਂ ਦੇ ਵਿੱਚੋਂ ਆਪਾਂ ਜਿਹੜੀ ਛੋਟੀ ਸੰਖਿਆ ਹੈ ਉਹ ਪાળਣੀ ਹੈ ਤਾਂ ਇਹ ਆਪਣਾ ਜਿਹੜਾ ਹੈ ਇਹ ਆ ਗਿਆ ਵਾਧਾ ਕਰਮ ਵਾਧਾ ਕਰੋ ਅੱਛਾ ਇਸ ਦੇ ਨਾਲ ਹੀ ਆਪਾਂ ਸੰਖਿਆਵਾਂ ਦੀ ਤੁਲਨਾ ਕਰਨੀ ਸਿੱਖੀ ਸੀ ਉਹਦੇ ਵਿੱਚ ਆਪਾਂ ਦੋ ਚਿੰਨ ਸਿੱਖੇ ਸਨ ਜਿਨ੍ਹਾਂ ਦੀ ਵਰਤੋਂ ਸਿੱਖੀ ਸੀ ਐਸ ਇਹ ਜਿਹੜਾ ਚਿੰਨ ਹੈ ਇਹਦਾ ਮਤਲਬ ਹੈ ਵੱਡਾ ਯਾਨੀ ਕਿ ਵੱਡਾ ਤੇ ਇਹਦਾ ਮਤਲਬ ਹੈ ਛੋਟਾ ਯਾਨੀ ਕਿ ਗ੍ਰੇਟਰ ਥੈਨ ਦਾ ਸਾਈਨ ਹੈ ਇਹ ਲੈਸ ਥੈਨ ਦਾ ਸਾਈਨ ਹੈ ਤਾਂ ਜੇਕਰ ਆਪਾਂ ਇਹਨਾਂ ਸੰਖਿਆਵਾਂ ਦੇ ਵਿੱਚ ਵੱਧੇ ਕਰਮ ਦੇ ਵਿੱਚ ਇਹਨਾਂ ਦੇ ਇਹਨਾਂ ਦੋ ਨਿਸ਼ਾਨਾਂ ਦੇ ਵਿੱਚੋਂ ਇਹਨਾਂ ਐਸ ਸਾਈਨ ਦੇ ਵਿੱਚੋਂ ਜੇ ਆਪਾਂ ਇੱਕ ਨਿਸ਼ਾਨ ਲਗਾਉਣਾ ਹੋਵੇ ਸਾਰੀਆਂ ਸੰਖਿਆਵਾਂ ਦੇ ਵਿੱਚ ਤਾਂ ਕਿਹੜਾ ਨਿਸ਼ਾਨ ਲਗਾਵਾਂਗੇ ਦੇਖੋ ਇਸ चीज ਨੂੰ ਤੁਸੀਂ ਯਾਦ ਰੱਖਣਾ ਹੈ ਕਿਵੇਂ ਕੀ ਸਭ ਜਦੋਂ ਆਪਾਂ ਵਾਧਾਕਰਨ ਲਿਖਦੇ ਹਾਂ ਤਾਂ ਸਭ ਤੋਂ ਪਹਿਲਾਂ ਛੋਟੀ ਸੰਖਿਆ ਦੀ ਵਰਤੋਂ ਕਰਦੇ ਹਾਂ ਸਭ ਤੋਂ ਪਹਿਲਾਂ ਛੋਟੀ ਸੰਖਿਆ ਲਿਖਦੇ ਹਾਂ ਫਿਰ ਵੱਡੀ ਫਿਰ ਵੱਡੀ ਫਿਰ ਵੱਡੀ ਤਾਂ ਸਭ ਤੋਂ ਪਹਿਲਾਂ ਜੇ ਛੋਟੀ ਸੰਖਿਆ ਆਪਾਂ ਲਿਖਦੇ ਹਾਂ ਤਾਂ ਇੱਥੋਂ ਤੁਸੀਂ ਇਹ ਗੱਲ ਯਾਦ ਰੱਖਣੀ ਹੈ ਕਿ ਤੁਸੀਂ ਨਿਸ਼ਾਨ ਵੀ ਛੋਟਾ ਹੀ ਲਗਾਉਣਾ ਹੈ ਇੱਥੇ ਤਾਂ ਛੋਟਾ ਨਿਸ਼ਾਨ ਕਿਹੜਾ ਹੈ ਆ ਵਾਲਾ ਉਸ ਤੋਂ ਬਾਅਦ ਆਪਾਂ 12 ਲਿਖ ਦੇਾਂਗੇ ਫਿਰ ਆ ਨਿਸ਼ਾਨ ਲਗਾ ਦਾਂਗੇ ਛੋਟੇ ਦਾ ਫਿਰ 13 ਲਿਖਤਾ ਫਿਰ 15 ਲਿਖਤਾ ਫਿਰ ਆਪਾਂ 18 ਫਿਰ 34 ਤਾਂ ਇਸ ਨੂੰ ਪੜ੍ਹ ਕੇ ਵੀ ਦੇਖ ਸਕਦੇ ਆਪਾਂ ਦੇਖੋ ਕਿਵੇਂ 11 ਛੋਟਾ ਹੈ 12 ਤੋਂ 12 ਛੋਟਾ ਹੈ 13 ਤੋਂ 13 ਛੋਟਾ ਹੈ 15 ਤੋਂ 15 ਛੋਟਾ ਹੈ 18 ਤੋਂ ਤੇ 18 ਛੋਟਾ ਹੈ 34 ਤੋਂ ਤਾਂ ਇਸ ਤਰੀਕੇ ਨਾਲ ਆਪਾਂ ਸੰਖਿਆ ਨੂੰ ਪੜ੍ਹ ਸਕਦੇ ਹਾਂ ਇੱਕ ਹੋਰ ਐਗਜ਼ਾਮਪਲ ਆਪਾਂ ਥੋੜੇ ਜਿਹੇ ਜਿਹੜੇ ਨੰਬਰਸ ਨੇ ਉਹ ਵੱਡੇ ਲੈਣੇ ਆ ਸੰਖਿਆਵਾਂ ਨੂੰ ਵੱਡਾ ਲੈਣੇ ਆ ਦੇਖੋ ਕਿਵੇਂ ਮੰਨ ਲਓ ਅਤਿਨ ਸੰਖਿਆਵਾਂ ਹਨ ਆਪਾਂ ਇਹਨਾਂ ਨੂੰ ਵਾਧੇ ਕ੍ਰਮ ਦੇ ਵਿੱਚ ਲਿਖਣਾ ਹੈ ਆ ਸੰਖਿਆਵਾਂ ਹਨ ਤਿੰਨ ਇਸ ਨੂੰ ਆਪਾਂ ਵਾਧੇ ਕ੍ਰਮ ਦੇ ਵਿੱਚ ਵਾਧਾ ਕ੍ਰਮ ਵਾਧੇ ਕ੍ਰਮ 'ਚ ਲਿਖਣਾ ਹੈ ਤਾਂ ਆਪਾਂ ਨੂੰ ਸਭ ਤੋਂ ਪਹਿਲਾਂ ਕਿਹੜੀ ਸੰਖਿਆ ਪਾਣੀ ਪਊਗੀ ਛੋਟੀ ਸੰਖਿਆ ਤਾਂ ਇਹਨਾਂ ਦੇ ਵਿੱਚੋਂ ਧਿਆਨ ਨਾਲ ਦੇਖੋ ਛੋਟੀ ਸੰਖਿਆ ਕਿਹੜੀ ਹੈ ਤਾਂ ਪਹਿਲਾਂ ਤਾਂ ਦੇਖੋ ਸੰਖਿਆ ਸੰਖਿਆਵਾਂ ਵੱਡੀਆਂ ਹਨ ਤਾਂ ਆਪਾਂ ਇਹਨਾਂ ਦੇ ਜਿਹੜੇ ਹੈ ਉਹ ਡਿਜੀਟ ਗਿਣ ਲਾਂਗੇ ਇਹਨਾਂ ਦੇ ਅੰਕ ਗਿਣ ਲਾਂਗੇ ਕਿੰਨੇ-ਕਿੰਨੇ ਹਨ 1 2 3 4 1 2 3 4 1 2 3 4 ਤਾਂ ਸਾਰੀਆਂ ਸੰਖਿਆਵਾਂ ਦੇ ਵਿੱਚ ਜਿਹੜੇ ਡਿਜੀਟ ਨੇ ਉਹ ਸੇਮ ਨੇ 4-4 ਨੇ ਉਸ ਤੋਂ ਬਾਅਦ ਆਪਾਂ ਕੀ ਆਪਾਂ ਤਰੀਕਾ ਦੱਸਿਆ ਸਿੱਖਿਆ ਸੀ ਉਸ ਤੋਂ ਬਾਅਦ ਤਰੀਕਾ ਸਿੱਖਿਆ ਸੀ ਇਸ ਦੇ ਪਹਿਲੇ-ਪਹਿਲੇ ਜਿਹੜੇ ਅੰਕ ਨੇ ਉਹਨਾਂ ਨੂੰ ਧਿਆਨ ਨਾਲ ਦੇਖਣਾ ਹੈ ਤਾਂ ਉਹ ਵੀ ਸੇਮ ਨੇ ਉਸ ਤੋਂ ਬਾਅਦ ਇਸ ਦੇ ਦੂਸਰੇ ਨੰਬਰ ਵਾਲੇ ਡਿਜੀਟ ਦੇਖਣਾ ਤੁਸੀਂ ਤਾਂ ਇੱਥੇ 8 ਹੈ ਇੱਥੇ 7 ਹੈ ਇੱਥੇ 9 ਹੈ ਤਾਂ ਆਪਾਂ ਨੂੰ ਪਤਾ ਹੈ ਵੀ 8 7 9 ਚੋਂ ਛੋਟਾ ਡਿਜੀਟ ਕਿਹੜਾ ਹੈ 7 ਹੈ ਤਾਂ ਕਿਹੜੀ ਸੰਖਿਆ ਛੋਟੀ ਹੋਈ ਸਭ ਤੋਂ ਤਾਂ ਆ ਜਿਹੜੀ ਸੰਖਿਆ ਹੈ ਇਹ ਸਭ ਤੋਂ ਛੋਟੀ ਸੰਖਿਆ ਹੈ ਹੁਣ ਆਪਾਂ ਇਹਨਾਂ ਦੋਵਾਂ ਚੋਂ ਦੇਖਣਾ ਹੈ ਵੀ ਛੋਟੀ ਸੰਖਿਆ ਕਿਹੜੀ ਹੈ 8 ਛੋਟਾ ਕਿ 9 ਛੋਟਾ ਤਾਂ 8 ਛੋਟਾ ਤਾਂ ਆ ਵਾਲੀ ਸੰਖਿਆ ਜਿਹੜੀ ਹੈ 4801 ਇਹ ਛੋਟੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਹੈ ਉਹ ਅਸੰਖਿਆ ਰਹੇਗੀ ਆਪਾਂ ਇਸ ਨੂੰ ਅਖੀਰ ਵਿੱਚ ਲਿਖ ਦਿਆਂਗੇ ਤਾਂ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਵਿੱਚੋਂ ਇੱਕ ਚਿੰਨ ਲਗਾਉਣਾ ਹੈ ਕਿਹੜਾ ਚਿੰਨ ਲਗਾਉਣਾ ਹੈ ਤਾਂ ਵੱਧੇ ਕਰਮ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਛੋਟੀ ਸੰਖਿਆ ਲਿਖਦੇ ਹਾਂ ਤਾਂ ਇੱਥੋਂ ਤੁਸੀਂ ਤੁਹਾਨੂੰ ਯਾਦ ਰਹੇਗਾ ਕਿ ਆਪਾਂ ਜਿਹੜਾ ਚਿੰਨ ਲਗਾਉਣਾ ਹੈ ਉਹ ਛੋਟੇ ਵਾਲਾ ਚਿੰਨ ਲਗਾਉਣਾ ਹੈ ਤਾਂ ਇਹਨਾਂ ਦੇ ਵਿਚਕਾਰ ਆਪਾਂ ਛੋਟੇ ਵਾਲਾ ਚਿੰਨ ਲਗਾ ਦਾਂਗੇ ਤਾਂ ਇਹ ਸੀ ਵਾਧਾ ਕਰਮ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਹਾਂਜੀ ਹੁਣ ਆਪਾਂ ਗੱਲ ਕਰਾਂਗੇ ਘਟਦੇ ਕਰਮ ਦੀ ਤਾਂ ਘਟਦੇ ਕਰਮ ਵਿੱਚ ਕੀ ਕਰਨਾ ਹੈ ਇੱਕ ਐਗਜ਼ਾਮਪਲ ਲੈਂਦੇ ਆਂ ਲੋ ਜੀ ਆ ਇੱਕ ਐਗਜ਼ਾਮਪਲ ਹੈ ਇਹਨਾਂ ਸੰਖਿਆਵਾਂ ਨੂੰ ਆਪਾਂ ਹੁਣ ਘਟਦੇ ਕ੍ਰਮ ਵਿੱਚ ਲਿਖਣਾ ਹੈ ਤਾਂ ਘਟਦੇ ਕ੍ਰਮ ਵਿੱਚ ਲਿਖਣ ਲਈ ਸਾਨੂੰ ਪਹਿਲਾਂ ਚਾਹੀਦੀ ਹੈ ਸਭ ਤੋਂ ਵੱਡੀ ਸੰਖਿਆ ਤਾਂ ਕਿ ਬਾਅਦ ਵਿੱਚ ਘਟਦੀਆਂ ਜਾਣ ਸੰਖਿਆਵਾਂ ਤਾਂ ਸਭ ਤੋਂ ਵੱਡੀ ਸੰਖਿਆ ਇਹਨਾਂ ਚੋਂ ਕਿਹੜੀ ਆਪਾਂ ਲਵਾਂਗੇ ਤਾਂ ਲਵਦੇ ਹਾਂ ਦੇਖੋ 4 3 ਪਹਿਲਾਂ ਤਾਂ ਅੰਕ ਦੇਖੋ ਸਾਰਿਆਂ ਚ ਤਿੰਨ-ਤਿੰਨ ਹਨ ਫਿਰ ਆਪਾਂ ਪਹਿਲਾ ਅੰਕ ਦੇਖਾਂਗੇ 4 3 8 4 ਤਾਂ ਆਪਾਂ ਨੂੰ ਬੜੀ ਆਸਾਨੀ ਨਾਲ ਆਪਾਂ ਫਾਈਂਡ ਕਰ ਲਈ ਕਿ 835 ਜਿਹੜਾ ਉਹ ਸਭ ਨਾਲੋਂ ਵੱਡਾ ਹੈ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਵੱਡਾ ਇਹਨਾਂ ਦੇ ਵਿੱਚ ਵੱਡਾ ਨੰਬਰ ਕਿਹੜਾ ਹੈ 4 3 4 ਤਾਂ ਆ 4 4 ਸੇਮ ਹੈ ਦੇਖੋ 4 4 ਸੇਮ ਹੈ ਉਸ ਤੋਂ ਬਾਅਦ ਇਹਨਾਂ ਚੋਂ ਆਪਾਂ ਅਗਲਾ ਡਿਜੀਟ ਦੇਖਣਾ ਹੈ ਤਾਂ ਇਹਦੇ ਵਿੱਚ 2 ਇਹਦੇ ਵਿੱਚ 8 ਤਾਂ ਵੱਡਾ ਕੌਣ ਹੈ 8 ਹੈ ਤਾਂ ਅਸਲੀ 499 ਜਿਹੜੀ ਹੈ ਉਹ ਵੱਡੀ ਸੰਖਿਆ ਹੈ ਤਾਂ ਉਸ ਤੋਂ ਬਾਅਦ ਇਹ ਨੰਬਰਾਂ ਨੂੰ ਦੇਖੋ ਕਿਹੜੀ ਵੱਡੀ ਹੈ ਇੱਥੇ 4 ਆ ਰਿਹਾ ਹੈ ਤੇ 3 ਹੈ ਤਾਂ 4 ਵਾਲੀ ਨੇਚਰਲੀ ਗੱਲ ਆ 4 ਵਾਲੀ ਵੱਡੀ ਹੈ ਸੰਖਿਆ ਤਾਂ ਇਹ ਆਇਆ 425 ਤਾਂ ਤੀਸਰੇ ਨੰਬਰ ਤੇ 425 ਉਸ ਤੋਂ ਬਾਅਦ ਆ ਗਿਆ 322 ਜਿਹੜੀ ਸੰਖਿਆ ਰਹਿ ਗਈ ਹੁਣ ਆਪਾਂ ਚਿੰਨ ਦੀ ਵਰਤੋਂ ਕਰਨੀ ਹੈ ਵੱਡਾ ਚਿੰਨ ਲਗਾਈਏ ਕਿ ਛੋਟਾ ਚਿੰਨ ਲਗਾਈਏ ਤਾਂ ਤੁਸੀਂ ਯਾਦ ਰੱਖਣਾ ਇਹ ਸੀ ਘਟਦਾ ਕਰਮ ਤਾਂ ਹੁਣ ਦੇਖੋ ਚਿੰਨ ਲਗਾਉਣਾ ਹੈ ਤੁਸੀਂ ਕਿਹੜੇ ਚਿੰਨ੍ਹ ਦਾ ਇਸਤੇਮਾਲ ਕਰਨਾ ਹੈ ਪਹਿਲਾਂ ਆਪਾਂ ਸੰਖਿਆ ਲਿਖੀਏ ਵੱਡੀ ਘਟਦਾ ਕਰਮ ਲਿਖ ਰਹੇ ਹਾਂ ਵੱਡੀ ਸੰਖਿਆ ਲਿਖੀ ਹੈ ਤਾਂ ਆਪਾਂ ਵੱਡੇ ਚਿੰਨ੍ਹ ਦਾ ਇਸਤੇਮਾਲ ਕਰਾਂਗੇ 835 ਵੱਡਾ 99489 ਵੱਡਾ ਹੈ 425 ਤੋਂ ਤੇ 425 ਜਿਹੜਾ ਵੱਡਾ ਹੈ ਉਹ 322 ਤੋਂ ਤਾਂ ਇਸ ਦੇ ਵਿੱਚ ਆਪਾਂ ਵੱਡੇ ਚਿੰਨ੍ਹ ਦਾ ਇਸਤੇਮਾਲ ਕਰਾਂਗੇ ਇਸ ਤਰੀਕੇ ਨਾਲ ਆਪਾਂ ਸੰਖਿਆਵਾਂ ਨੂੰ ਵੱਧ ਦੇ ਅਤੇ ਘਟਦੇ ਕਰਮ ਵਿੱਚ ਲਿਖਣਾ ਸਿੱਖ ਸਕਦੇ ਹਾਂ ਕਰਦੇ ਆ ਤੇ ਵਧੇ ਕਰਮ ਤੋਂ ਬਾਅਦ ਆਪਾਂ ਗੱਲ ਕਰਾਂਗੇ ਸੰਖਿਆਵਾਂ ਨੂੰ ਬਣਾਉਣ ਦੀ ਜਿਵੇਂ ਕੀ ਦੇਖੋ ਇਹ ਤਿੰਨ ਅੰਕ ਹਨ ਤੇ ਇਹਨਾਂ ਤਿੰਨਾਂ ਅੰਕਾਂ ਦੀ ਮਦਦ ਨਾਲ ਆਪਾਂ ਵੱਡੀ ਤੋਂ ਵੱਡੀ ਸੰਖਿਆ ਅਤੇ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ ਹੈ ਤਾਂ ਇਹਨਾਂ ਤਿੰਨਾਂ ਅੰਕਾਂ ਦਾ ਪ੍ਰਯੋਗ ਕਰਕੇ ਆਪਾਂ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਲਿਖਣੀ ਹੈ ਤਾਂ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਲਿਖਣੀ ਹੈ ਤਾਂ ਕਿਵੇਂ ਲਿਖ ਸਕਦੇ ਹਾਂ ਜੇ ਵੱਡੀ ਸੰਖਿਆ ਲਿਖਣੀ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਵੱਡਾ ਅੰਕ ਲਿਖਣਾ ਪਏਗਾ ਉਸ ਤੋਂ ਬਾਅਦ ਇਹਨਾਂ ਦੇ ਵਿੱਚੋਂ ਦੇਖਣਾ ਹੈ ਇਹਨਾਂ ਦੇ ਵਿੱਚੋਂ ਵੱਡਾ ਕਿਹੜਾ ਹੈ ਉਹ ਇਹਨਾਂ ਚੋਂ ਵੱਡਾ ਹੈ 4 ਤੇ ਫਿਰ ਉਸ ਤੋਂ ਬਾਅਦ ਆਪਾਂ ਕੀ ਲਗਾ ਦਾਂਗੇ ਤਿੰਨ ਲਗਾ ਦਾਂਗੇ ਤਾਂ ਜਿਹੜੀ 643 ਹੈ 3 4 ਤੇ 6 ਦੀ ਮਦਦ ਨਾਲ ਇਹਨਾਂ ਤਿੰਨ ਅੰਕਾਂ ਦੀ ਮਦਦ ਨਾਲ ਇੱਕ ਸੰਖਿਆ ਬਣ ਰਹੀ ਹੈ 643 ਇਹ ਜਿਹੜੀ ਹੈ ਉਹ ਵੱਡੀ ਤੋਂ ਵੱਡੀ ਸੰਖਿਆ ਹੈ ਤਿੰਨ ਅੰਕਾਂ ਦੀ ਜਿਹੜੀ n ਅੰਕਾਂ ਦੀ ਮਦਦ ਨਾਲ ਬਣ ਰਹੀ ਹੈ ਅਗਰ ਮੈਂ ਕਹਾਂ ਕਿ 3 4 ਤੇ 6 ਨੂੰ ਆਪਾਂ ਯੂਜ਼ ਕਰਕੇ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ ਹੈ ਤਿੰਨ ਅੰਕਾਂ ਦੀ ਤਾਂ ਉਹ ਸੰਖਿਆ ਕੀ ਬਣੂਗੀ ਤਾਂ ਸਭ ਤੋਂ ਪਹਿਲਾਂ ਆਪਾਂ ਛੋਟਾ ਅੰਕ ਲਿਖਾਂਗੇ ਠੀਕ ਹੈ ਫਿਰ ਜਿਹੜੇ ਆ ਦੋ ਅੰਕ ਰਹਿ ਗਏ ਇਹਨਾਂ ਦੇ ਵਿੱਚੋਂ ਛੋਟਾ ਅੰਕ ਕਿਹੜਾ ਹੈ 4 ਤੇ ਫਿਰ ਜਿਹੜਾ ਲਾਸਟ ਅੰਕ ਕਿਹੜਾ ਰਹਿ ਗਿਆ 6 ਤਾਂ ਇਹ ਹੈ ਤਿੰਨ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਇਹ ਹੈ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਇੱਕ ਸੰਖਿਆ ਕਿੱਥੋਂ ਬਣੀ ਇਹਨਾਂ ਅੰਕਾਂ ਨੂੰ ਪ੍ਰਯੋਗ ਕਰਕੇ ਤਾਂ ਇੱਕ ਐਗਜ਼ਾਮਪਲ ਹੋਰ ਦੇਖਦੇ ਹਾਂ ਆਪਾਂ ਹੁਣ ਅੰਕ ਹੋ ਗਏ 4 ਤਾਂ 4 ਅੰਕਾਂ ਦੀ ਆਪਾਂ ਵੱਡੀ ਤੋਂ ਵੱਡੀ ਸੰਖਿਆ ਬਣਾਉਣੀ ਹੈ ਤੇ 4 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ ਹੈ ਇਹਨਾਂ ਅੰਕਾਂ ਨੂੰ ਪ੍ਰਯੋਗ ਕਰਕੇ ਤਾਂ ਪਹਿਲਾਂ ਆਪਾਂ ਵੱਡੀ ਸੰਖਿਆ ਬਣਾਉਂਦੇ ਹਾਂ ਤਾਂ ਵੱਡੀ ਸੰਖਿਆ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਵੱਡੀ ਸੰਖਿਆ ਬਣਾਉਣੀ ਹੈ ਤਾਂ ਵੱਡਾ ਅੰਕ ਲਾਗੇ ਤਾਂ ਵੱਡਾ ਅੰਕ ਕਿਹੜਾ ਹੈ ਆਪਾਂ 8 ਲੈ ਲਿਆ ਉਸ ਤੋਂ ਬਾਅਦ ਇਹਨਾਂ ਦੇ ਵਿੱਚੋਂ ਜਿਹੜੇ ਰਹਿ ਗਏ ਉਹਨਾਂ ਚੋਂ ਵੱਡਾ ਅੰਕ ਕਿਹੜਾ ਹੈ 7 ਤਾਂ ਆਪਾਂ ਉਸ ਤੋਂ ਬਾਅਦ 7 ਲਿਖਤਾ ਹੁਣ ਇਹਨਾਂ ਦੇ ਵਿੱਚੋਂ ਵੱਡਾ ਅੰਕ ਕਿਹੜਾ ਹੈ 1 ਤਾਂ 1 ਲਿਖਤਾ ਤੇ 0 ਜਿਹੜੀ ਹੈ ਉਹ ਅੰਤ ਵਿੱਚ ਲਗਾਤੀ ਤਾਂ ਇਹ ਸੰਖਿਆ ਕਿੰਨੀ ਬਣ ਗਈ 8710 ਤਾਂ ਇਹ ਬਣ ਗਈ ਇਹਨਾਂ ਅੰਕਾਂ ਨੂੰ ਪ੍ਰਯੋਗ ਕਰਕੇ ਵੱਡੀ ਤੋਂ ਵੱਡੀ ਸੰਖਿਆ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਅੰਕਾਂ ਨੂੰ ਪ੍ਰਯੋਗ ਕਰਕੇ ਛੋਟੀ ਸੰਖਿਆ ਲਿਖਣੀ ਹੋਵੇ ਤਾਂ ਸਭ ਤੋਂ ਪਹਿਲਾਂ ਆਪਾਂ ਜਿਹੜਾ ਅੰਕ ਚੱਕਾਂਗੇ ਉਹ ਸਭ ਤੋਂ ਛੋਟਾ ਅੰਕ ਚੱਕਾਂਗੇ ਤੁਸੀਂ ਧਿਆਨ ਚ ਰੱਖਣਾ ਛੋਟਾ ਅੰਕ ਤਾਂ ਇਹਨਾਂ ਦੇ ਵਿੱਚੋਂ ਸਭ ਤੋਂ ਛੋਟਾ ਤਾਂ ਜ਼ੀਰੋ ਹੈ ਜੇਕਰ ਆਪਾਂ ਜ਼ੀਰੋ ਚੱਕ ਲੈਨੇ ਆ ਪਹਿਲਾਂ ਜ਼ੀਰੋ ਲਗਾ ਦਿੰਨੇ ਆ ਤਾਂ ਉਸ ਤੋਂ ਬਾਅਦ ਕੀ ਲਗਾਵਾਂਗੇ ਉਸ ਤੋਂ ਬਾਅਦ 1 ਲਗਾਵਾਂਗੇ ਫਿਰ ਆਪਾਂ 7 ਤੇ 8 ਦੇ ਵਿੱਚੋਂ 7 ਲਗਾਤਾ ਫਿਰ ਆਪਾਂ 8 ਲਗਾਤਾ ਤਾਂ ਜੇਕਰ ਆਪਾਂ ਕੋਮਾ ਲਗਾਈਏ ਤਾਂ ਜ਼ੀਰੋ ਤੋਂ ਕੋਈ ਵੀ ਸੰਖਿਆ ਸ਼ੁਰੂ ਨਹੀਂ ਹੁੰਦੀ ਤਾਂ ਜੇਕਰ ਆਪਾਂ ਇਹਨੂੰ ਪੜਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਕਿੰਨਾ ਪੜਿਆ ਜਾਊਗਾ 178 ਜ਼ੀਰੋ ਦੀ ਤਾਂ ਕੋਈ ਵੈਲਿਊ ਨਹੀਂ ਹੁੰਦੀ ਤੇ 178 ਕਿੰਨੇ ਅੰਕਾਂ ਦੀ ਸੰਖਿਆ ਹੈ ਤਿੰਨ ਅੰਕਾਂ ਦੀ ਆਪਾਂ ਨੂੰ ਕਿਹਾ ਗਿਆ ਸੀ ਵੀ ਸੰਖਿਆ ਹੋਣੀ ਚਾਹੀਦੀ ਹੈ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਤਾਂ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕਿਵੇਂ ਲਗਾਵਾਂਗੇ ਤਾਂ ਦੇਖੋ ਤਾਂ ਆਪਾਂ ਜ਼ੀਰੋ ਇੱਥੇ ਲਗਾਈ ਸੀ ਪਹਿਲਾਂ ਤਾਂ ਹੁਣ ਆਪਾਂ ਕੀ ਕਰਨਾ ਹੈ ਆਪਾਂ 0 ਤੋਂ ਜਿਹੜਾ ਵੱਡਾ ਅੰਕ ਹੈ ਉਸ ਨੂੰ ਪਹਿਲੇ ਨੰਬਰ ਤੇ ਲਗਾ ਦਾਂਗੇ ਤੇ ਉਹਦੀ ਸਥਾਨ ਤੇ ਆਪਾਂ 0 ਨੂੰ ਲਗਾ ਦਾਂਗੇ ਤਾਂ ਇਹ ਜਿਹੜੀ ਸੰਖਿਆ ਹੈ ਉਹ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਬਣ ਜਾਊਗੀ ਜਿਹੜੀ ਕਿ ਐਨ ਅੰਕਾਂ ਨੂੰ ਪ੍ਰਯੋਗ ਕਰਕੇ ਆਪਾਂ ਬਣਾ ਸਕਦੇ ਹਾਂ ਤਾਂ ਏ ਸੀ ਅੱਜ ਦਾ ਟੌਪਿਕ ਜਿਹੜਾ ਕਿ ਆਪਾਂ ਕਵਰ ਕੀਤਾ ਹੈ ਤੇ ਇਸ ਤੋਂ ਬਾਅਦ ਗੱਲ ਕਰੀਏ ਹੋਮਵਰਕ ਦੀ ਤਾਂ ਹੋਮਵਰਕ ਐਕਸਰਸਾਈਜ਼ 1.3 ਇਸ ਤੋਂ ਪਹਿਲਾਂ ਪਾਰਟ 4 ਆਪਾਂ ਕੀਤਾ ਹੈ ਤੇ ਹੁਣ ਆਪਾਂ ਇਸ ਦਾ ਪਾਰਟ 5 ਕਰ ਲਿਆ ਹੈ ਤਾਂ 4 ਤੇ 5ਵੇਂ ਭਾਗ ਦੀ ਮਦਦ ਨਾਲ ਅਸੀਂ ਜਿਹੜੀ ਐਕਸਰਸਾਈਜ਼ 1.3 ਜਿਹੜੇ ਕਿ ਪੇਜ ਨੰਬਰ ਪੇਜ ਨੰਬਰ 17 ਤੇ 18 ਦੇ ਉੱਪਰ ਦਿੱਤੀ ਗਈ ਹੈ ਉਹ ਸਾਰੀ ਐਕਸਰਸਾਈਜ਼ ਨੂੰ ਅਸੀਂ ਵਧੀਆ ਤਰੀਕੇ ਨਾਲ ਕੰਪਲੀਟ ਕਰ ਸਕਦੇ ਹਾਂ ਤਾਂ ਆਪ ਜੀ ਦਾ ਹੋਮਵਰਕ ਕੀ ਹੈ ਇਸ ਐਕਸਰਸਾਈਜ਼ ਨੂੰ ਕਾਪੀ ਤੇ ਕਰਨਾ ਹੈ ਪੂਰੀ ਐਕਸਰਸਾਈਜ਼ ਨੂੰ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਅਗਲੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ